ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੁਸਾਫਿਰ ਨੇ ਇੱਕ ਸ਼ੰਕਾ ਜ਼ਾਹਿਰ ਕੀਤੀ ਕਿਸੇ ਗੁਰਮੁਖ ਬਾਬੇ ਨੂੰ ਕਿ ਤੁਸੀਂ ਆਖਦੇ ਹੋ ਗੁਰੂ ਨਾਨਕ ਦੇਵ ਗੋਬਿੰਦ ਰੂਪ ਪਰ ਤੁਸੀਂ ਗੁਰੂ ਨਾਨਕ ਦੇਵ ਜੀ ਨੂੰ ਜਨਮ ਮਰਨ ਵਿੱਚ ਆਇਆ ਤਾਂ ਮੰਨਦੇ ਹੋ ਜੋ ਜਨਮ ਵਿੱਚ ਆਉਂਦਾ ਹੈ ਉਹ ਜੀਵ ਹੈ ਕਿਉਂ ਜੋ ਕਰਮ ਦਾ ਬੱਧਾ ਹੈ ਉਹ ਜਨਮ ਮਰਨ ਵਿੱਚ ਆਉਂਦਾ ਹੈ ਜੋ ਕਰਮਾ ਦਾ ਬੱਧਾ ਹੁੰਦਾ ਹੈ ਉਹ ਬ੍ਰह्म ਰੂਪ ਤੇ ਗੋਬਿੰਦ ਰੂਪ ਕਿਵੇਂ ਹੋ ਸਕਦਾ ਹੈ ਸੋ ਇਹ ਜੋ ਸ਼ੰਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪ੍ਰਤੀ ਉਸ ਮੁਸਾਫਿਰ ਨੂੰ ਸੰ ਉਹਨਾਂ ਦੀ ਨਿਵਰਤੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇਸ ਵਾਰਤਲਾਪ ਵਿੱਚ ਕੀਤੀ ਹੈ ਆਓ ਪਿਆਰ ਨਾਲ ਸਰਵੰਤ ਕਰਨ ਦੀ ਕੋਸ਼ਿਸ਼ ਕਰੀਏ ਜੀ ਮੁਸਾਫਿਰ ਗੁਰੂ ਨਾਨਕ ਦੇਵ ਦੀ ਅਸੀਂ ਵੀ ਇੱਜ਼ਤ ਕਰਦੇ ਹਾਂ ਪਰ ਤੁਸੀਂ ਉਸ ਨੂੰ ਰੱਬ ਜਾਣਦੇ ਹੋ ਬਾਬਾ ਅਸੀਂ ਰੱਬ ਨੂੰ ਅਜੋਨੀ ਆਖਦੇ ਹਾਂ ਮੁਸਾਫਿਰ ਗੁਰੂ ਨਾਨਕ ਨੂੰ ਰੱਬ ਆਖਦੇ ਹੋ ਬਾਬਾ ਨਹੀਂ ਮੁਸਾਫਿਰ ਗੁਰੂ ਨਾਨਕ ਨੂੰ ਆਦਮੀ ਆਖਦੇ ਹੋ ਬਾਬਾ ਨਹੀਂ ਮੁਸਾਫਿਰ ਨਾ ਰੱਬ ਆਖਦੇ ਹੋ ਨਾ ਆਦਮੀ ਕੀ ਆਖਦੇ ਹੋ ਬਾਬਾ गोविंद रूप मुसाफिर ओ की होया बाबा ओ होया आदमी ओ होया रब मुसाफिर ए ता बुजारत बन गई बाबा ਆਤਮ ਦੇ ਦੇਸ਼ ਦੀਆਂ ਅਸਲ ਗੱਲਾਂ ਅਸੀਂ ਨਹੀਂ ਸਮਝ ਸਕਦੇ ਪਰ ਤੋਹਾਂ ਤੇ ਦ੍ਰਿਸ਼ਟਾਂਤਾਂ ਨਾਲ ਸੋ ਇੱਕ ਥੁੱਲੀ ਜਈ ਸੁਣ ਲਓ ਜੇਕਰ ਇੱਕ ਸੋਨੇ ਦਾ ਟੁਕੜਾ ਅਗ ਵਿੱਚ ਪੈ ਕੇ ਲਾਲ ਅੰਗਾਰਾ ਹੋ ਜਾਏ ਤਾਂ ਕੀ ਤੁਸੀਂ ਕਹੋਗੇ ਕਿ ਇਹ ਅਗਨੀ ਨਹੀਂ ਇਹ ਅਗ ਤੁਲ ਤੇਜ ਤੇ ਸੇਕ ਨਾਲ ਸਮਰਥ ਨਹੀਂ ਮੁਸਾਫਿਰ ਨਹੀਂ ਅਸੀਂ ਮੰਨਾਂਗੇ ਕਿ ਇਹ ਅਗਨੀ ਹੈ ਪਰ ਅਗਨੀ ਵੱਤ ਸਮਰਥ ਹੈ ਬਾਬਾ ਫਿਰ ਉਸ ਨੂੰ ਅਗ ਰੂਪ ਦੇਖ ਕੇ ਤੁਸੀਂ ਕਹੋਗੇ ਕਿ ਉਹ ਸੋਨਾ ਨਹੀਂ ਮੁਸਾਫਿਰ ਨਹੀਂ ਸੋਨਾ ਕਿਉਂ ਨਹੀਂ ਉਹ ਸੋਨਾ ਹੈ ਬਾਬਾ ਫਿਰ ਮੇਰੀ ਕਹਾਣੀ ਬੁਝਾਰਤ ਕਿਉਂ ਹੋਈ ਮੁਸਾਫਿਰ ਘਟਾ ਕੇ ਦਿਖਾਓ ਨਾ ਜੋ ਮੈਂ ਸਮਝਾਂ ਬਾਬਾ ਗੁਰੂ ਨਾਨਕ ਦੇਵ ਜੀ ਇਨਸਾਨ ਹਨ ਕਿਉਂਕਿ ਦੇਹ ਧਾਰੀ ਹੋ ਕੇ ਸਾਡੇ ਵਿੱਚ ਰਹੇ ਤੇ ਦੁੱਖ ਸੁੱਖ ਦੇਖੇ ਸਾਖ ਸੰਬੰਧ ਮਿੱਤਰ ਵੈਰੀ ਤੱਕੇ ਇਹ ਇਨਸਾਨੀ ਰੰਗ ਪਰ ਤੱਕ ਹੈ ਉਹ ਇਨਸਾਨ ਤੋਂ ਉੱਚੇ ਰਹੇ ਸੱਚ ਦੇ ਚਾਨਣ ਚ ਰਾਗ ਰਹੇ ਕਦੇ ਆਪਣੇ ਰੱਬ ਤੋਂ ਨਾ ਵਿਛੜੇ ਹਰ ਛਿੰਨ ਹਰ ਘੜੀ ਆਪਣੇ ਮਾਲਕ ਨਾਲ ਅੰਤਰਾਤਮੇ ਜੁੜੇ ਰਹੇ ਨਿਰਾਏ ਨਹੀਂ ਰੱਬ ਉਹਨਾਂ ਦੇ ਆਤਮਾ ਮਨ ਸ਼ਰੀਰ ਵਿੱਚ ਭਰਪੂਰ ਰਿਹਾ ਉਹ ਤੇ ਰੱਬ ਜੀ ਅੰਤਰੇ ਰਹਤ ਮੇਲ ਵਿੱਚ ਇੱਕ ਰੂਪ ਹੋਏ ਰਹੇ ਫਿਰ ਇਸ ਤਰ੍ਹਾਂ ਦੀ ਰਬੀਅਤ ਵਿੱਚ ਰੱਬ ਹੋ ਕੇ ਉਹਨਾਂ ਨੇ ਆਪਾ ਵਾਰਿਆ ਜਗਤ ਜਲਨਦੇ ਨੂੰ ਆਪਣੇ ਉਪਦੇਸ਼ ਨਾਲ ਆਪਣੀ ਛੋਹ ਨਾਲ ਰੱਬੀ ਰੰਗਣਾ ਵਿੱਚ ਪਾ ਦਿੱਤਾ ਅੰਮਿਤ ਪਿਆਰ ਅਸਗਾਹ ਮਾਫੀ ਤੇ ਬਿਹアド ਤਰਸ ਵਿੱਚ ਵਰਤੇ ਮੁਰਦੇ ਜਿਵਾ ਦਿੱਤੇ ਜੀਦਾਨ ਦੇ ਕੇ ਜੀਵਨ ਰੌਣਕਾ ਦਿੱਤੀ ਤੇ ਮਨੁੱਖਾਂ ਦੇ ਦੇਵਤੇ ਬਣਾ ਦਿੱਤੇ ਇਹ ਸਾਰੇ ਕੰਮ ਰੱਬੀ ਹਨ ਉਹ ਆਪ ਰੱਬ ਦੇ ਨਿਰੰਤਰ ਮੇਲ ਵਿੱਚ ਸਨ ਉਹਨਾਂ ਵਿੱਚ ਸਾਈਂ ਵਿੱਚ ਵਿਥ ਤੇ ਅੰਤਰਾ ਨਹੀਂ ਸੀ ਉਨ੍ਹਾਂ ਦੇ ਸਰੀਰ ਮਨ ਆਤਮਾ ਵਿੱਚ ਰੱਬ ਭਰਪੂਰਨ ਤੇ ਉਨ੍ਹਾਂ ਦੇ ਅਨੁਭਵ ਵਿੱਚ ਰੱਬ ਦਾ ਜਲਵਾ ਸਦਾ ਜਾਗਦੀ ਜੋਤ ਸੀ ਉਹ ਰੱਬ ਦੀ ਸਿੱਖਿਆ ਦਾਤੀ ਗੁਰੂ ਸ਼ਕਤੀ ਦਾ ਵਿਦਿਤ ਸਰੂਪ ਸਨ ਉਨ੍ਹਾਂ ਵਿੱਚ ਰਬੀਅਤ ਨੂੰ ਵੇਖ ਕੇ ਉਸ ਤੋਂ ਇਨਕਾਰ ਕਰਨਾ ਸੱਚ ਹੈ ਮੁਸਾਫਿਰ ਸੋਚ-ਸੋਚ ਕੇ ਹਾਂ ਰਬੀਅਤ ਤਾਂ ਉਨ੍ਹਾਂ ਵਿੱਚ ਪੂਰੇ ਕਮਾਲ ਦੀ ਮੰਨਣੀ ਪਵੇਗੀ ਪਰ ਤੁਸੀਂ ਉਨ੍ਹਾਂ ਨੂੰ ਰੱਬ ਆਖਦੇ ਹੋ ਬਾਬਾ ਜਿਵੇਂ ਤੁਸੀਂ ਸਮਝਦੇ ਹੋ ਏਵੇਂ ਨਹੀਂ ਤੁਸੀਂ ਸਮਝਦੇ ਹੋ ਕਿ ਇੱਕ ਟਾਣੀ ਤੋਂ ਟੁੱਟ ਕੇ ਫੁੱਲ ਫੁੱਲਦਾਨ ਵਿੱਚ ਆ ਗਿਆ ਪਿੱਛੇ ਟਾਣੀ ਸਖਣੀ ਰਹਿ ਗਈ ਅਸੀਂ ਕਹਿੰਦੇ ਹਾਂ ਕਿ ਕੋਈ ਕੁਦਰਤ ਵਿੱਚ ਐਸਾ ਟਿਕਾਣਾ ਹੈ ਕਿ ਜਿੱਥੇ ਫੁੱਲ ਟਾਣੀ ਤੋਂ ਟੁੱਟ ਕੇ ਤੁਹਾਡੇ ਹੱਥ ਵਿੱਚ ਵੀ ਹੈ ਤੇ ਟਾਣੀ ਤੇ ਵੀ ਲੱਗਾ ਪਿਆ ਹੈ ਰਬ ਰਬ ਹੈ ਤੇ ਜਿਵੇਂ ਹੈ ਅਬਦਲ ਉਵੇਂ ਹੈ ਗੁਰੂ ਨਾਨਕ ਉਸ ਦੀ ਗੁਰੂ ਸ਼ਕਤੀ ਸਾਡੇ ਵਿੱਚ ਆ ਕੇ ਕੰਮ ਕਰ ਗਈ ਹੈ ਉਸ ਦੇ ਸਾਡੇ ਵਿੱਚ ਆ ਕੇ ਕੰਮ ਕਰਨ ਨਾਲ ਰੱਬ ਦੀ ਰਬੀਅਤ ਗੁਰੂ ਸ਼ਕਤੀ ਤੋਂ ਸਖਣੀ ਨਹੀਂ ਹੋ ਗਈ ਤੇ ਉਹ ਜੋਤੀ ਜੂਨ ਵਿੱਚ ਨਹੀਂ ਪੈ ਗਈ ਸੋਨੇ ਦੇ ਗੋਲੇ ਵਿੱਚ ਅਗਨੀ ਸ਼ਕਤੀ ਪਰਵੇਸ਼ ਕਰ ਗਈ ਅਗਨੀ ਜੂਨ ਵਿੱਚ ਨਹੀਂ ਆਈ ਪਰ ਸੋਨਾ ਅਗਨੀ ਹੋ ਗਿਆ ਮੁਸ਼ਕਿਲ ਬਾਬੂ ਜੀ ਇਹ ਹੈ ਕਿ ਗੱਲਾਂ ਬਾਤਾਂ ਸਮਝਣਾ ਸਮਝਾਣਾ ਸਭ ਆ ਦੇ ਵਿੱਚ ਆਉਂਦਾ ਹੈ। ਯਾ ਜਿਵੇਂ ਉਸ ਦਿਨ ਪੰਡਿਤ ਜੀ ਕਹਿੰਦੇ ਸਨ ਕਿ ਦੇਸ਼ ਕਾਲ ਵਿੱਚ ਆਉਂਦਾ ਹੈ। ਤੇ ਰੱਬ ਦੇਸ਼ ਕਾਲ ਤੋਂ ਪਰੇ ਹੈ। ਇਸ ਕਰਕੇ ਜਦ ਬੋਲੀ ਦਾ ਹੈ ਸਮਝਾਉਣ ਲਈ ਤਾਂ ਦ੍ਰਿਸ਼ਟਾਂਤਾਂ ਵਿੱਚ ਬੋਲੀ ਦਾ ਹੈ। ਪਰ ਦ੍ਰਿਸ਼ਟਾਂਤ ਦੇਸ਼ ਕਾਲ ਵਾਲੇ ਹੋਣ ਕਰਕੇ ਨੇੜੇ-ਨੇੜੇ ਲੈ ਜਾਂਦੇ ਹਨ। ਪੂਰੇ-ਪੂਰੇ ਨਹੀਂ ਕੱਟ ਸਕਦੇ। ਇਹ ਵਿਚਾਰ ਲਓ। ਇਸ ਕਰਕੇ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਇਨਸਾਨ ਪਰ ਸਭ ਇਨਸਾਨਾਤੋਂ ਉੱਚਾ ਫਿਰ ਗੋਬਿੰਦ ਰੂਪ ਆਖਦੇ ਹਾਂ ਗੁਰਨਾਨਕ ਦੇਵ ਗੋਬਿੰਦ ਰੂਪ ਤੇ ਵਹਿ ਪ੍ਰਗਟਿਓ ਪੁਰਖ ਭਗਵੰਤ ਰੂਪ ਇਸ ਤਰ੍ਹਾਂ ਨਾ ਤਾਂ ਪਰਮੇਸ਼ਰ ਜਨਮ ਮਰਨ ਵਿੱਚ ਆਉਂਦਾ ਹੈ ਨਾ ਉਹ ਪਰਮੇਸ਼ਰ ਨਾਲ ਜੁੜੇ ਤੇ ਅਭੇਦ ਹੋ ਕੇ ਪਰਮੇਸ਼ਰ ਰੂਪ ਹੋ ਰਹੇ ਮਹਾਪੁਰਖ ਇਸ ਬੇਅਦਬੀ ਦੇ ਵਾਕ ਦੇ ਹੱਕਦਾਰ ਬਣਦੇ ਹਨ ਕਿ ਉਹ ਮਾਮੂਲੀ ਇਨਸਾਨ ਥੇ ਉਸਨ ਮਰਦ ਮੁਕੰਮਲ ਇਨਸਾਨ ਪਰ ਰੱਬ ਦੀ ਰਬੀਅਤ ਨਾਲ ਪਰਿਪੂਰਨ ਰਬ ਰੂਪ ਉਸੇ ਨਾਲ ਅਪੇਧ ਮਿਲੇ ਉਸ ਦਾ ਸਰੂਪ ਹਰੀ ਜਨ ਨੂੰ ਕਹਿ ਲਈਦਾ ਹੈ ਹਰ ਹਰ ਜਨ ਦੋਏ ਇੱਕ ਹੈ ਵਿਭ ਵਿਚਾਰ ਕਛ ਨਾ ਹੈ ਤੇ ਗੁਰੂ ਜੀ ਤਾਂ ਧਰੋ ਹੀ ਪੂਰਨ ਆਏ ਸੇ ਉਹਨਾਂ ਨੂੰ ਇਸ ਕਰਕੇ ਅਸੀਂ ਗੋਬਿੰਦ ਰੂਪ ਮੰਨਦੇ ਹਾਂ ਇਸ ਤਰ੍ਹਾਂ ਸਜਣਾ ਅਸੀਂ ਗੁਰੂ ਨੂੰ ਰੱਬ ਤੇ ਇਨਸਾਨ ਮੰਨਦੇ ਹਾਂ ਤੇ ਵਾਹਿਗੁਰੂ ਨੂੰ ਅਜਨਮਾ ਤੇ ਅਜੋਨੀ ਵੀ ਮੰਨਦੇ ਹਾਂ ਸਾਡੇ ਗੁਰੂ ਅਰਜਨ ਦੇਵ ਭਾਈ ਗੁਰਦਾਸ ਤੇ ਭਾਈ ਨੰਨ ਲਾਲ ਨੇ ਸਤਗੁਰਾਂ ਨੂੰ ਜਦੋਂ ਵਾਹਿਗੁਰੂ ਰੂਪ ਕਿਹਾ ਹੈ ਉਹਨਾਂ ਵਿੱਚ ਰਬੀਅਤ ਦਾ ਜਲਾਲ ਤੇ ਜਮਾਲ ਤੱਕੇ ਪ੍ਰਤੀਤ ਕਰਕੇ ਆਪ ਰੱਬੀ ਰੂਪ ਪ੍ਰਾਪਤ ਕਰਕੇ ਉਹਨਾਂ ਨੂੰ ਸਰਬਸਮਰਤ ਅਪੂਲ ਪੂਰਨ ਆਖਿਆ ਹੈ ਇਸੇ ਤਰ੍ਹਾਂ ਅਸੀਂ ਏ ਵੀ ਕਦੇ ਨਹੀਂ ਆਖਦੇ ਕਿ ਰਬ ਅਰਸ਼ਾਂ ਬੈਕੁੰਠਾਂ ਦੇ ਤਖਤ ਸੰਝੇ ਛੱਡ ਕੇ ਨਿਕਾ ਜਿਹਾ ਪੁਤਲਾ ਬਣ ਕੇ ਮਾਤਾ ਦੇ ਗਰਭ ਵਿੱਚ ਆ ਕੇ 9 ਮਹੀਨੇ ਮਗਰੋਂ ਜੰਮ ਪੈਂਦਾ ਹੈ ਮੁਸਾਫਰ ਇਹ ਤਾਂ ਠੀਕ ਹੈ ਕਿ ਤੁਸੀਂ ਵਾਇਗਰੂ ਨੂੰ ਜੋਨੀ ਵਿੱਚ ਨਹੀਂ ਦੱਸਦੇ ਪਰ ਤੁਸੀਂ ਗੁਰੂ ਨਾਨਕ ਦੇਵ ਜੀ ਨੂੰ ਜਨਮ ਮਰਨ ਵਿੱਚ ਆਇਆ ਤਾਂ ਮੰਨਦੇ ਹੋ ਜੋ ਜਨਮ ਵਿੱਚ ਆਉਂਦਾ ਹੈ ਉਹ ਜੀਵ ਹੈ ਕਿਉਂਕਿ ਜੋ ਕਰਮਾਂ ਦਾ ਬੱਧਾ ਹੈ ਉਹ ਜਨਮ ਮਰਨ ਵਿੱਚ ਆਉਂਦਾ ਹੈ ਜੋ ਕਰਮਾਂ ਦਾ ਬੱਧਾ ਆਉਂਦਾ ਹੈ ਉਹ ਬ੍ਰਹਮ ਰੂਪ ਤੇ ਗੋਵਿੰਦ ਰੂਪ ਕਿਵੇਂ ਹੋ ਸਕਦਾ ਹੈ ਬਾਬਾ ਮੁਸਕਰਾ ਕੇ ਸਜਣਾ ਤੂੰ ਕਿਸੇ ਸ਼ਹਿਰ ਜਾ ਤੇ ਸਾਡੇ ਕਿਸੇ ਗਿਆਨੀ ਉਪਦੇਸ਼ਕ ਨਾਲ ਵਿਚਾਰਾਂ ਕਰ ਜਿਨ੍ਹਾਂ ਨੂੰ ਦਿਨੇ ਰਾਤ ਇਹੋ ਕੰਮ ਹੈ ਮੈਂ ਤਾਂ ਗਰੀਬ ਕਿਰਤੀ ਹਾਂ ਤੇ ਹੁਣ ਜਾ ਕੇ ਪਠੇ ਦੱਬੇ ਦੀ ਸਾਰ ਲੈਣੀ ਹੈ ਮੁਸਾਫਰ ਮੈਨੂੰ ਸ਼ੌਕ ਹੈ ਕਿ ਆਪ ਦਾ ਵਕਤ ਗੁਆਰਿਆਂ ਹਾਂ ਪਰ ਤੁਸੀਂ ਗੱਲਾਂ ਬਣੀਆਂ ਦਾਨੀਆਂ ਤੇ ਨਿਸ਼ਚੇ ਨੂੰ ਪ੍ਰੋ ਲੈਣ ਵਾਲੀਆਂ ਕਰਦੇ ਹੋ ਇਸ ਕਰਕੇ ਮੇਰਾ ਜੀ ਨਹੀਂ ਕਰਦਾ ਕਿ ਤੁਹਾਨੂੰ ਉਠਣ ਦਿਆਂ ਤੁਹਾਡੀ ਮੋਟੀ ਠੁੱਲੀ ਜਟ ਕੀ ਗੱਲ ਮੈਨੂੰ ਵਧੇਰੇ ਤਸੱਲੀ ਬਣਾ ਰਹੀ ਹੈ ਪੰਡਤਾਂ ਦੀਆਂ ਗੁੰਝਲਾਂ ਤੇ ਉਲਝਾ ਸੁਲਝਾ ਮੈਂ ਬਥੇਰੇ ਤੱਕੇ ਹਾਂ ਤੁਸੀਂ ਮੈਨੂੰ ਦਇਆ ਕਰਕੇ ਮੇਰੇ ਪ੍ਰਸ਼ਨਾਂ ਦਾ ਉੱਤਰ ਦਿਓ ਬਾਬਾ ਗੱਲਾਂ ਨਾਲ ਨਿਸ਼ਾ ਹੋਣੀਆਂ ਔਖੀਆਂ ਹਨ ਪਰ ਆਛਾ ਜੋ ਸਾਡੇ ਭਰੋਸੇ ਵਿੱਚ ਐ ਸੁਣ ਲੈ 10 ਕਦੇ ਜੇਲ੍ਹਖਾਨੇ ਗਿਆ ਹੈ ਮੁਸਾਫਰ ਹਾਂ ਇੱਕ ਦੋ ਵਾਰੀ ਬਾਬਾ ਕਿਸੇ ਪਰਹਿਮਾਨਗੀ ਕੀਤੀ ਦੇ ਬਦਲੇ ਕੈਦ ਹੋ ਕੇ ਗਿਆ ਸੈਂ ਮੁਸਾਫਰ ਨਹੀਂ ਬਾਬਾ ਜਦ ਤੂੰ ਕੋਈ ਕਰਮ ਮਾੜਾ ਨਹੀਂ ਸੀ ਕੀਤਾ ਤਾ ਤੂੰ ਜੇਲ੍ਹਖਾਨੇ ਕਿਵੇਂ ਗਿਆ ਕਿਉਂਕਿ ਸਾਰੇ ਸੰਸਾਰ ਦੀਆਂ ਸਰਕਾਰਾਂ ਦਾ ਨਿਯਮ ਹੈ ਕਿ ਜੋ ਖੁਨਾਮੀ ਕਰੇ ਉਹ ਜੇਲ੍ਹਖਾਨੇ ਜਾਵੇ ਬਿਨਾਂ ਡੰਡ ਜੋ ਕੰਮ ਕੀਤੇ ਦੇ ਜੇਲ੍ਹਖਾਨੇ ਕੋਈ ਨਹੀਂ ਜਾ ਸਕਦਾ ਮੁਸਾਫਿਰ ਨਹੀਂ ਮੈਂ ਤਾਂ ਦੇਖਣ ਵਾਸਤੇ ਤੇ ਉਪਦੇਸ਼ ਦੇਣ ਵਾਸਤੇ ਸਰਕਾਰ ਵੱਲੋਂ ਗਿਆ ਸੀ ਬਾਬਾ ਤਦ ਬਿਨਾਂ ਕਰਮ ਕੀਤੇ ਦੇ ਜਾਂ ਇਉਂ ਕਹੀਏ ਕਿ ਕਰਮਾਂ ਵਿੱਚ ਭਜੇ ਤੋਂ ਬਿਨਾਂ ਵੀ ਆਦਮੀ ਐਸੀ ਥਾਂ ਤੇ ਜਾ ਸਕਦਾ ਹੈ ਜਿੱਥੇ ਕੇਵਲ ਕਰਮਭਜ ਹੋ ਕੇ ਹੀ ਜਾ ਸਕੀਦਾ ਹੈ ਮੁਸਾਫਰ ਬੇਚੈਨ ਹੋ ਕੇ ਹਾਂ ਜਾਈ ਸਕੀਦਾ ਹੈ ਬਾਬਾ ਫਿਰ ਸਜਣਾ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਇਸ ਜਗਤ ਵਿੱਚ ਆਏ ਜਿਸ ਵਿੱਚ ਕਰਮਭਾਜੀ ਆ ਸਕਦੇ ਹਨ ਤਾਂ ਕੀ ਹੋ ਨਹੀਂ ਸਕਦਾ ਕਿ ਤੇਰੇ ਵਾਂਗੂ ਉਹ ਕਰਮ ਵਿੱਚ ਵੱਜਤਾ ਨਾ ਹੋਣ ਪਰ ਦੇਖਣ ਵਾਸਤੇ ਮਤ ਦੇਣ ਵਾਸਤੇ ਤੇ ਜੀਦਾਨ ਦੇਣ ਵਾਸਤੇ ਆਏ ਹੋਣ ਮੁਸਾਫਰ ਸ਼ਰਮਾ ਕੇ ਗਲ ਦਿਲ ਤਾਂ ਲੱਗਦੀ ਹੈ ਬਾਬਾ ਤੂੰ ਹੀ ਨਹੀਂ ਡਾਕਟਰ ਦਰੋਗਾ ਉਪਦੇਸ਼ ਕਈ ਲੋਕਾਂ ਜੋ ਕਰਮ ਬਜ ਨਹੀਂ ਪਰ ਫਿਰ ਜੇਲਖਾਨੇ ਜਾਂਦੇ ਹਨ ਉਸੇ ਸੀਖਾਂ ਵਾਲੇ ਦਰਵਾਜ਼ੇ ਥਾਣੀ ਲੰਘਦੇ ਹਨ ਜਿਸ ਤੋਂ ਕਰਮ ਬਜ ਤੇ ਖੁਨਾਮੀ ਵਾਲੇ ਲੰਘਦੇ ਹਨ ਉਹਨਾਂ ਹੀ ਥਾਵਾਂ ਵਿੱਚ ਅੰਦਰ ਫਿਰਦੇ ਹਨ ਪਰ ਕੋਈ ਉਹਨਾਂ ਨੂੰ ਕੈਦੀ ਨਹੀਂ ਆਖਦਾ ਦੇਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਕਰਮਬੱਜ ਨਹੀਂ ਸਨ ਉਹ ਪੂਰਨ ਪੁਰਖ ਸਨ ਉਹ ਪੂਰਨ ਬ੍ਰਹਮਵੇਤਾ ਬ੍ਰਹਮ ਵਿੱਚ ਲੀਨ ਬ੍ਰह्म ਰੂਪ ਸਨ ਉਹ ਗੁਰੂ અવਤਾਰ ਸਨ ਜਗਤ ਜਲੰਦਾ ਵੇਖ ਕੇ ਤਰਸ ਖਾ ਕੇ ਸੁਮਤਾਂ ਦੇਣ ਤੇ ਜੀਦਾਨ ਬਖਸ਼ ਕੇ ਮੋਇਆਂ ਨੂੰ ਜਵਾਲਣ ਆਏ ਸਨ ਅਸੀਂ ਜੋ ਉਹਨਾਂ ਨੂੰ ਜਨਮ ਮਰਨ ਤੋਂ ਰਹਿਤ ਮੰਨਦੇ ਹਾਂ ਉਸ ਦਾ ਇਹੋ ਅਰਥ ਹੈ ਉਨ੍ਹਾਂ ਦੀ ਮਹਿਮਾ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਆਖਿਆ ਹੈ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਨ ਮਿਲਾਏ ਉਹ ਜਨਮ ਮਰਨ ਵਿੱਚ ਨਹੀਂ ਚਾਹੋ ਜਗਤ ਵਿੱਚ ਆਏ ਉਹ ਨਿਰੋਲ ਪਰਉਪਕਾਰੀ ਹਨ ਅਸੀਂ ਮਰਰੇ ਸਾਂ ਸਾਨੂੰ ਜੀ ਦਾਨ ਦੇਣ ਆਏ ਸਨ ਉਹ ਇੱਕ ਕਿਣਕਾ ਜੀਵਨ ਰੋਹਾਨੀ ਜ਼ਿੰਦਗੀ ਦਾ ਸਾਡੇ ਅੰਦਰ ਪਾ ਕੇ ਸਾਨੂੰ ਭਗਤੀ ਯਾਨੀ ਪਰਮੇਸ਼ਰ ਦੇ ਪਿਆਰ ਦੀ ਸੇਵਾ ਵਿੱਚ ਲਾਉਂਦੇ ਹਨ ਤੇ ਐਉਂ ਰਬ ਨਾਲ ਮਿਲਾ ਦਿੰਦੇ ਹਨ ਸੋ ਜੇ ਐਸੇ ਪਰਉਪਕਾਰੀ ਹਨ ਜੋ ਆਪ ਰੱਬੀ ਰੌਣ ਨਾਲ ਨਕਾਂ ਨਕ ਭਰਪੂਰ ਲਹਿਰਾ ਰਹੇ ਹਨ ਜੋ ਕਰਮ ਭਜ ਨਹੀਂ ਪਰ ਪਰਉਪਕਾਰ ਦੀ ਖਾਤਰ ਸਾਡੇ ਵਿੱਚ ਆਏ ਉਹਨਾਂ ਨੂੰ ਤੁਸੀਂ ਕਰਮ ਭਜਾਂ ਵਾਂਗੂ ਜਨਮ ਮਰਨ ਵਿੱਚ ਕੀ ਕੋ ਕਹਿ ਸਕਦੇ ਹੋ ਸਗੋਂ ਦਾ ਪਿਆਰ ਸਤਕਾਰ ਆਦਰ ਯਾ ਧਿਆਨ ਲਿਵ ਸਾਡੀ ਕਲਿਆਣ ਕਰਤਾ ਹੈ ਤੇ ਸਾਨੂੰ ਰੱਬ ਦੇ ਦੇਸ਼ ਲੈ ਜਾਂਦੀ ਹੈ ਅਸੀਂ ਉਹਨਾਂ ਵਿੱਚ ਰੱਬੀ ਪਿਆਰ ਰੱਬੀ ਨੂਰ ਦਾ ਜਲ ਜਲੂ ਦੇਖ ਕੇ ਮਸਤੇ ਖੀਵੇ ਹੁੰਦੇ ਹਾਂ ਤੁਸੀਂ ਲੋਕ ਸਾਨੂੰ ਕਿਉਂ ਮਸ਼ਕਰੀਆਂ ਕਰਦੇ ਹੋ ਕਿਉਂ ਸਾਡੇ ਪਿਆਰ ਨੂੰ ਆਪਣੀ ਸੋਚ ਦੇ ਤੋਰੇ ਤੋਂ ਤੱਕਦੇ ਹੋ ਕਿਉਂ ਸਾਡੇ ਆਪਣੇ ਸੋਚਣ ਤੇ ਸਮਝਣ ਦੇ ਤੋਰੇ ਤੋਂ ਨਹੀਂ ਵੇਖਦੇ ਹੋ ਸਭ ਪਿੰਜ ਆਪਣੀ ਧੁਰੋਂ ਤੇ ਘੁੰਮਦੇ ਹਨ ਇਸੇ ਤਰ੍ਹਾਂ ਹਰ ਕਿਸੇ ਦੇ ਵਿਚਾਰ ਨੂੰ ਉਸਦੀ ਆਪਣੀ ਧੁਰ ਤੋਂ ਸਮਝਿਆ ਕਰੋ ਅਸੀਂ ਪ੍ਰੇਮ ਦੇ ਧੁਰ ਤੇ ਖੜੇ ਹਾਂ ਸਾਡਾ ਪ੍ਰੇਮ ਸੁਰਜੀਤ ਤੇ ਦਾਣਾ ਪ੍ਰੇਮ ਹੈ ਸਾਨੂੰ ਇਥੋਂ ਤੱਕਿਆ ਕਰੋ ਹੁਣ ਦੱਸੋ ਇਹ ਗੱਲ ਠੀਕ ਹੈ ਕਿ ਗੁਰੂ ਨਾਨਕ ਦੇਵ ਜੀ ਜਨਮ ਮਰਨ ਤੋਂ ਰਹਿਤ ਵੀ ਹਨ ਫਿਰ ਮਾਤਾ ਤ੍ਰਿਪਤਾ ਦੇ ਘਰ ਜਨਮੇ ਵੀ ਸਨ ਤੇ ਜਗਤ ਵਿੱਚ ਆਏ ਤੇ ਇਥੋਂ ਟੁਰੇ ਵੀ ਸਨ ਮੁਸਾਫਿਰ ਲੰਮਾ ਸਾਹ ਪਰ ਕੇ ਠੀਕ ਹੈ ਬਾਬਾ ਜੀ ਹੁਣ ਤਾਂ ਇਹ ਗੱਲ ਮੇਰੀ ਤਰ ਤੋਂ ਵੀ ਮੈਨੂੰ ਠੀਕ ਪਾਸ ਸੀ ਹੈ ਬਾਬਾ ਫਿਰ ਉਹ ਮਨੁੱਖ ਵੀ ਸਨ ਰਬ ਰੂਪ ਵੀ ਸਨ ਔਰ ਉਹਨਾਂ ਨੂੰ ਐਸਾ ਕਹਿਣ ਵਿੱਚ ਅਸੀਂ ਨਾ ਦੋ ਰੱਬ ਬਣਾ ਰਹੇ ਹਾਂ ਨਾ ਰੱਬ ਨੂੰ ਜਨਮ ਮਰਨ ਵਾਲਾ ਬਣਾ ਰਹੇ ਹਾਂ ਨਾ ਬੁੱਤ ਪ੍ਰਸਤੀ ਸਿਖਾ ਰਹੇ ਹਾਂ ਮੁਸਾਫਿਰ हां मेरी समझ ਵਿੱਚ ਆ ਗਿਆ ਹੈ ਕਿ ਇਹ ਠੀਕ ਹੈ ਤੁਸੀਂ ਮੇਰੇ ਸੰਸੇ ਨਿਵਰਤ ਕਰ ਦਿੱਤੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ